ਕਹਿੰਦਾ ਅਕਾਲੀ ਦਲ ਦੀ ਦੇਣ ਹੈ ਕਿਉਂ ਅਸੀਂ ਉੱਥੇ ਨੌਕਰ ਲੱਗੇ ਹੋਏ ਸੀਗੇ ਠੀਕ ਹੈ ਫਿਰ ਜਬ ਦੇ ਜਿਹੜਾ ਹੈਗਾ ਅਸੀਂ ਨੌਕਰ ਲੱਗੇ ਹੋਏ ਸੀ ਸਾਡੇ ਦਮ ਤੇ ਸਰਕਾਰ ਸੀ ਸਾਡੇ ਦਮ ਤੇ ਮੁੱਖ ਮੰਤਰੀ ਸੀ ਸਾਡੇ ਦਮ ਤੇ ਡਿਪਟੀ ਮੁੱਖ ਮੰਤਰੀ ਸੀਗੇ। 2022 ਦੀਆਂ ਚੋਣਾਂ ਨਜ਼ਦੀਕ ਹਨ ਅਤੇ ਅਜਿਹੇ ਵਿੱਚ ਕੁਝ ਸਿਆਸਤਦਾਨਾਂ ਦੀ ਭੱਦੀ ਸ਼ਬਦਾਵਲੀ ਤੇ ਵਿਗੜੇ ਬੋਲ ਆਪਣੇ ਆਪ ਦੇ ਵਿੱਚ ਸ਼ਰਮਨਾਕ ਹਨ। ਵਿਕਾਸ ਕਾਰਜਾਂ ਦੇ ਸਵਾਲ ਤੋਂ ਸੁਰਜੀਤ ਕੁਮਾਰ ਜਿਆਣੀ ਭੜਕਦੇ ਹੋਏ ਦਿਖੇ। ਫਾਜ਼ਿਲਕਾ ਦੇ ਵਿੱਚ ਸੁਰਜੀਤ ਕੁਮਾਰ ਜਿਆਣੀ ਪਹੁੰਚੇ ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਵੱਲੋਂ ਗਾਲ ਤੱਕ ਕੱਢ ਦਿੱਤੀ ਗਈ। ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਸਾਡੇ ਦਮ ਤੇ ਅਕਾਲੀ ਸਰਕਾਰ ਸੀ ਅਤੇ ਸਾਡੇ ਦਮ ਤੇ ਡਿਪਟੀ ਮੁੱਖ ਮੰਤਰੀ ਸੀ। ਫਾਜ਼ਿਲਕਾ ਦੇ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਜਿਆਣੀ ਆਪਣੀਆਂ ਉਪਲਬਧੀਆਂ ਗਿਣਾ ਰਹੇ ਸਨ, ਪਰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਅਕਾਲੀ ਦਲ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਵਿਕਾਸ ਕਾਰਜ ਕੀਤੇ ਹਨ ਤਾਂ ਜਿਆਣੀ ਨੇ ਇਸ ਸਮੇਂ ਗੱਲ ਕੱਢ ਦਿੱਤੀ। ਕੋਈ ਸਿਆਸਤਦਾਨ ਜੇਕਰ ਇਸ ਤਰੀਕੇ ਦੀ ਸ਼ਬਦਾਵਲੀ ਵਰਤੇਗਾ ਤੇ ਆਪਣਾ ਗੁਣਗਾਨ ਕਰਦੇ ਹੋਏ ਵਿਰੋਧੀ ਧਿਰ ਦੇ ਲਈ ਅਜਿਹੀ ਭਾਸ਼ਾ ਵਰਤੇਗਾ ਤਾਂ ਆਮ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ? ਕਿਸ ਤਰੀਕੇ ਦੇ ਨਾਲ ਉਹ ਸਿਆਸਤਦਾਨ ਆਮ ਲੋਕਾਂ ਦੀਆਂ ਮੁਸ਼ਕਲਾਂ ਸੰਯਮ ਦੇ ਨਾਲ ਸੁਣੇਗਾ ਅਤੇ ਉਹਨਾਂ ਦਾ ਹੱਲ ਕਰੇਗਾ? ਆਪੇ ਤੋਂ ਬਾਹਰ ਹੁੰਦੇ ਦਿਖਾਈ ਦਿੱਤੇ ਜਿਆਣੀ, ਜੋ ਕਿ ਆਪਣੇ ਆਪ ਦੇ ਵਿੱਚ ਸਵਾਲ ਖੜਾ ਕਰਦਾ ਹੈ। ਤੁਸੀਂ ਵੀ ਸੁਣੋ ਸੁਰਜੀਤ ਕੁਮਾਰ ਜਿਆਣੀ ਦਾ ਇਹ ਵੀਡੀਓ। ਕਹਿੰਦਾ ਅਕਾਲੀ ਦਲ ਦੀ ਦੇਣ ਹੈ ਕਿਉਂ ਅਸੀਂ ਉੱਥੇ ਨੌਕਰ ਲੱਗੇ ਹੋਏ ਸੀਗੇ 10 ਮਹੀਨੇ ਠੀਕ ਹੈ ਫਿਰ ਜਬ ਦੇ ਜਿਹੜਾ ਹੈਗਾ ਅਸੀਂ ਨੌਕਰ ਲੱਗੇ ਹੋਏ ਸੀ ਸਾਡੇ ਦਮ ਤੇ ਸਰਕਾਰ ਸੀ ਸਾਡੇ ਦਮ ਤੇ ਮੁੱਖ ਮੰਤਰੀ ਸੀ ਸਾਡੇ ਦਮ ਤੇ ਡਿਪਟੀ ਮੁੱਖ ਮੰਤਰੀ ਸੀਗੇ ਅਸੀਂ ਕੀ ਹੈ ਤੇ ਅਸੀਂ MLA ਕਰਾਉਂਦਾ ਜੇ MLA ਕਰਾਉਂਦਾ ਤਾਂ ਫਿਰੋਜ਼ਪੁਰ ਦੇ ਵਿੱਚ 20 ਪਿੰਡ ਹੈ ਅੱਜ ਤੱਕ ਪੁਲ ਨਹੀਂ ਬਣਿਆ ਉੱਥੇ ਅਸੀਂ ਇੱਕ ਪਿੰਡ ਦੇ ਉੱਤੇ ਪੁਲ ਬਣਾ ਤੇ ਇੱਕ ਪਿੰਡ ਦੇ ਉੱਤੇ MLA ਬਣਾਉਂਦਾ ਅਸੀਂ ਜ਼ਿਲ੍ਹਾ ਬਣਾ ਤਾ ਹੋਰ ਬੜੀ ਪਏ ਨੇ ਜਿੱਥੇ MLA ਸੀਗਾ MLA ਜਿਹੜਾ ਹੈ ਕੰਮ ਕਰਾ ਸਕਦਾ ਹੈ MLA ਚ ਦਮ ਹੋਣਾ ਚਾਹੀਦਾ MLA ਜ਼ੁਰਤ ਹੋਣਾ ਚਾਹੀਦਾ।